ਸਤਿ ਸ਼੍ਰੀ ਅਕਾਲ ਜੀ, ਸਾਡਾ ਸਾਥ ਤੁਹਾਡੀ ਉਡਾਨ ਸ਼ੋਅ ਲੈ ਕੇ ਅੱਜ ਅਸੀਂ ਹਾਜ਼ਰ ਹੋਏ ਹਾਂ। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਸਟੱਡੀ ਵੀਜ਼ਾ ਬਾਰੇ। ਜੋ ਸਟੂਡੈਂਟ ਕੈਨੇਡਾ ਜਾਣ ਦੇ ਡ੍ਰੀਮ ਨੂੰ ਪੂਰਾ ਕਰਨਾ ਚਾਹੁੰਦਾ ਹੈ ਜਾਂ ਫਿਰ ਉਸਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਸਕਰੀਨ ਉੱਪਰ ਸਾਡਾ ਨੰਬਰ ਮੈਂਸ਼ਨ ਕੀਤਾ ਹੋਇਆ ਹੈ, ਤੁਸੀਂ ਸਾਡੇ ਵੀਜ਼ਾ ਐਕਸਪਰਟ ਨਾਲ ਗੱਲ ਕਰ ਸਕਦੇ ਹੋ। ਆਓ ਫਿਰ ਗੱਲ ਕਰਦੇ ਹਾਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਮਾਨਿਕ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭੋਜਨ, ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ। ਪਹਿਲਾਂ ਤਾਂ ਸਰ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਕਿ ਤੁਹਾਡੇ ਯੂਕੇ ਦੇ ਜੋ ਵੀਜ਼ਾ ਆਏ ਨੇ। ਡੈਫੀਨੇਟਲੀ ਪੂਜਾ, ਮੈਂ ਬੱਚੇ ਨੂੰ ਸ਼ੋਅ ਕਰਨਾ ਚਾਹੁੰਦਾ ਕਿ ਕਾਫੀ ਦੇਰ ਤੋਂ ਯੂਕੇ ਦੀ ਪਾਲਿਸੀ ਚੇਂਜ ਹੋਈ ਸੀ 5 ਅਕਤੂਬਰ 2020 ਤੋਂ, ਕਿ ਉਹਦੇ 'ਚ ਰਿਊਮਰ ਆ ਰਿਹਾ ਸੀ ਕਿ ਡਿਪੈਂਡੈਂਟ ਵੀਜ਼ਾਸ ਨਹੀਂ ਹੋਈਏ, ਸਪਾਊਸ ਵੀਜ਼ਾਸ ਨਹੀਂ ਹੋਈਏ। ਮੈਂ ਸਨਰਾਈਜ਼ ਗਲੋਬਲ ਗੇਟਵੇਜ਼ ਦੀ ਟੀਮ ਵੱਲੋਂ ਲਿੱਤਾ ਹੋਇਆ ਵੀਜ਼ਾ, ਜਿਹੜਾ ਦੀ ਫੈਮਲੀ ਵੀਜ਼ਾ ਲਿੱਤਾ, ਆਹ ਮੇਨ ਐਪਲੀਕੈਂਟ ਦਾ ਵੀਜ਼ਾ ਮੈਂ ਦਿਖਾਉਣਾ ਚਾਹੂੰਗਾ ਕਿ ਉਹਦੇ ਹਸਬੈਂਡ ਦਾ ਵੀਜ਼ਾ ਹੈ, ਅਤੇ ਨਾਲ ਹੀ ਨਾਲ ਯੂਕੇ ਦੇ ਵਿੱਚ ਆਪਣਾ ਬੱਚੇ ਦਾ ਵੀ ਫੈਮਲੀ ਦੇ ਵਿੱਚ ਵੀਜ਼ਾ ਲਿੱਤਾ ਡਿਪੈਂਡੈਂਟ ਦਾ। ਮੈਂ ਇੱਥੇ ਬੱਚਿਆਂ ਨੂੰ ਇੱਕ ਛੋਟੀ ਜਿਹੀ ਗੱਲ ਕਲੀਅਰ ਕਰਨਾ ਚਾਹੁੰਦਾ ਯੂਕੇ ਦੇ ਨਾਲ, ਕਿ ਜਿਹੜੇ ਬੱਚੇ ਆਪਣਾ ਵੀਜ਼ਾਜ਼ ਅਪਲਾਈ ਕਰਨੇ ਚਾਹੁੰਦੇ ਨੇ ਸਪਾਊਸ ਦੇ ਨਾਲ ਯੂਕੇ ਦੇ ਵਿੱਚ, ਮੇਨ ਡੇ 2021 ਉਹਨਾਂ ਲਈ ਅਵੇਲੇਬਲ ਹੈ। ਬੱਚੇ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਦੋ ਡਿਪੈਂਡੈਂਟਸ ਨੇ ਤਾਂ ਵੀ ਨਾਲ ਲੈ ਕੇ ਜਾਣਾ, ਤਾਂ ਸਨਰਾਈਜ਼ ਗਲੋਬਲ ਗੇਟਵੇਜ਼ ਤੁਹਾਡੇ ਤੋਂ ਇੱਕ ਰਾਈਟ ਓਪਰਚੁਨਿਟੀ ਹੈ ਕਿ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਪ੍ਰੋਫਾਈਲ ਡਿਸਕਸ ਕਰਨ ਤੋਂ ਬਾਅਦ ਤੁਸੀਂ ਆਪਣਾ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਜਿਵੇਂ ਕਿ ਕੋਵਿਡ ਨੂੰ ਲੈ ਕੇ ਬੱਚਿਆਂ ਨੂੰ ਡਾਊਟ ਹੈ ਕਿ ਸਾਡੇ ਅਸੀਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਪਰੰਤੂ ਹੁਣ ਯੂਕੇ ਨੇ ਵੀ ਵੀਜ਼ਾ ਦੇਣਾ ਸਟਾਰਟ ਕਰ ਦਿੱਤਾ ਅਤੇ ਹੋਰ ਕੰਟਰੀਆਂ ਦੇ ਵੀ ਵੀਜ਼ਾ ਜਿਹੜੇ ਅਪਰੂਵਡ ਹੋ ਚੁੱਕੇ ਨੇ। ਮਾਨਿਕ ਜੀ, ਮੇਰਾ ਪਹਿਲਾ ਸਵਾਲ ਹੈ ਕੈਟਾਗਰੀ ਦੇ ਰਿਲੇਟਡ ਕਿ SDS ਅਤੇ ਨੋਨ SDS ਕੈਟਾਗਰੀ ਵਿੱਚ ਕੀ ਡਿਫਰੈਂਸ ਹੈ? ਬੇਟਾ, ਮੈਂ ਇੱਥੇ ਵਿਊਅਰਸ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰਦੇ ਨੇ ਉਹ ਦੋ ਕੈਟੇਗਰੀ 'ਚ ਅਪਲਾਈ ਹੁੰਦਾ, ਜਾਂ ਤਾਂ SDS ਕੈਟੇਗਰੀ 'ਚ ਅਪਲਾਈ ਹੁੰਦਾ ਜਾਂ ਨੋਨ SDS ਕੈਟੇਗਰੀ। ਇਹ ਦੋ ਕੈਟੇਗਰੀ 'ਚ ਸਿਰਫ ਇੱਕ ਨੋਮੀਨਲ ਡਿਫਰੈਂਸ ਇਹ ਹੈ ਕਿ ਜਿਹੜਾ ਬੱਚਾ SDS ਕੈਟੇਗਰੀ 'ਚ ਅਪਲਾਈ ਕਰਨਾ ਚਾਹੁੰਦਾ ਉਹਦੇ ਰਿਕੁਆਇਰਮੈਂਟਸ ਹੈ ਓਵਰਆਲ 6 ਬੈਂਡ, ਈਚ ਮੋਡਿਊਲ 'ਚ 6 ਬੈਂਡ, ਜੇ ਤੁਸੀਂ +2 ਪਾਸ ਬੱਚੇ ਹੋ। ਜੇ ਤੁਹਾਡੇ ਓਵਰਆਲ 6 ਬੈਂਡ ਹੈ, ਈਚ ਮੋਡਿਊਲ 'ਚ 6 ਬੈਂਡ ਹੈ, ਤੁਸੀਂ ਸਾਲ ਦੀ ਫੀਸ ਭੇਜ ਦਿਓ, ਪਲੱਸ ਤੁਹਾਨੂੰ GIC ਭੇਜਣਾ ਕੰਪਲਸਰੀ ਹੈ, ਜਿਹਨੂੰ ਆਪਾਂ ਕਹਿੰਦੇ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ। $10,220 ਤੁਹਾਡੀ GIC ਜਾਏਗੀ, ਜਿਹੜੀ ਕੰਪਲਸ਼ਨ ਹੈ ਤੁਸੀਂ ਆਪਣੀ ਭੇਜੋਗੇ। ਜਿਹੜੇ ਬੱਚੇ ਓਵਰਆਲ 6 ਬੈਂਡ ਤਾਂ ਹੈ ਜਿਹਨੇ, ਬਟ ਕਿਸੇ ਇੱਕ ਮੋਡਿਊਲ 'ਚ 5.5 ਬੈਂਡ ਰਹਿ ਗਏ ਨੇ, ਮੈਂ ਦੁਬਾਰਾ ਰਿਪੀਟ ਕਰਦਾ, ਓਵਰਆਲ ਤੁਹਾਡੇ 6 ਬੈਂਡ ਨੇ ਬਟ ਕਿਸੇ ਇੱਕ ਮੋਡਿਊਲ 'ਚ 5.5 ਬੈਂਡ ਰਹਿ ਗਏ ਨੇ, ਤੁਹਾਡੀ ਪ੍ਰੋਫਾਈਲ ਜਿਹੜਾ ਵੀਜ਼ਾ ਐਪਲੀਕੇਸ਼ਨ ਸੈਂਟਰ 'ਚ ਜਾਏਗੀ ਉਹ ਨੋਨ SDS ਜਾਂ ਜਨਰਲ ਕੈਟੇਗਰੀ ਜਿਹਨੂੰ ਆਪਾਂ ਦਿੰਦੇ ਆ, ਉਹਦੇ ਤੁਹਾਡੀ ਵੀਜ਼ਾ ਐਪਲੀਕੇਸ਼ਨ ਸਬਮਿਸ਼ਨ ਹੋਏਗੀ। ਇਹ ਡਿਫਰੈਂਸ ਹੈ ਕਿ ਓਵਰਆਲ 6 ਈਚ ਮੋਡਿਊਲ 6, ਤੁਹਾਡੇ ਓਵਰਆਲ 6 ਈਚ ਮੋਡਿਊਲ 6 ਨਹੀਂ ਆਏ, ਜਿਸ ਇੱਕ ਮੋਡਿਊਲ 5.5 ਬੈਂਡ ਆ ਜੇ, ਤੁਹਾਡੀ ਕੈਟੇਗਰੀ ਨੋਨ SDS ਜਾਂ ਜਨਰਲ ਹੋਜੀ, ਜਿਹਦੇ ਵਿੱਚ ਜਨਰਲ ਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਲਾ ਕੇ ਸੇਮ ਵੇ 'ਚ ਆਪਣਾ ਵੀਜ਼ਾ ਲੈ ਸਕਦੇ ਹੋ, ਸੇਮ ਕਾਲਜ ਸੇਮ ਕੋਰਸ 'ਚ ਆਪਣਾ ਵੀਜ਼ਾ ਲੈ ਸਕੋ, ਜਸਟ ਜੋ ਤੁਹਾਡੀ ਵੀਜ਼ਾ ਐਪਲੀਕੇਸ਼ਨ ਸਬਮਿਟ ਹੋਣੀ ਹੈ ਉਹ ਕੈਟੇਗਰੀ ਚੇਂਜ ਹੋ ਜਾਏਗੀ। ਮਾਨਕ ਜੀ, ਬੱਚਿਆਂ ਦਾ ਸੈਕਿੰਡ ਸਵਾਲ ਹੈ ਕਿ ਜਿਹੜੇ ਨੋਨ SDS ਕੈਟਾਗਰੀ ਵਿੱਚ ਬੱਚੇ ਅਪਲਾਈ ਕਰਦੇ ਨੇ ਉਹਨਾਂ ਨੂੰ PR ਲੈਣ ਵਿੱਚ ਕਿਹੜੀਆਂ ਪ੍ਰੋਬਲਮ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ? ਪੂਜਾ, ਮੈਂ ਇੱਥੇ ਬੱਚਿਆਂ ਨੂੰ ਦੱਸਣਾ ਚਾਹੀਦਾ ਜਿਨ੍ਹਾਂ ਨੂੰ ਤਾਂ ਇਹ ਡਾਊਟ ਹੈ ਕਿ ਜਦੋਂ ਉਹਨਾਂ ਨੇ ਆਪਣੀ ਫਾਈਲ ਨੋਨ SDS ਜਾਂ SDS ਦੇ ਵਿੱਚ ਲਾਈ ਹੈ, ਉਹਨਾਂ ਨੂੰ ਕੋਈ PR ਦੇ ਵਿੱਚ ਪ੍ਰੈਫਰੈਂਸ ਮਿਲਣੀ ਹੈ, ਇੱਦਾਂ ਕੋਈ ਰੂਲ ਨਹੀਂ ਹੈ ਕੈਨੇਡਾ ਦੇ ਵਿੱਚ। ਤੁਹਾਡੀ ਪ੍ਰੋਫਾਈਲ ਜਾਏ ਉਹ ਤੁਸੀਂ SDS ਕੈਟੇਗਰੀ 'ਚ ਸਟੂਡੈਂਟ ਵੀਜ਼ਾ ਲਿੱਤਾ ਜਾਂ ਨੋਨ SDS ਕੈਟੇਗਰੀ 'ਚ ਸਟੂਡੈਂਟ ਵੀਜ਼ਾ ਲਿੱਤਾ, ਤੁਹਾਡੀ ਪ੍ਰੋਫਾਈਲ ਤੁਹਾਨੂੰ ਤੁਹਾਡੇ ਪੋਸਟ ਸਟੱਡੀ ਵਰਕ ਪਰਮਿਟ ਦੇ ਬੇਸ 'ਤੇ ਤੁਹਾਡੇ ਪੁਆਇੰਟਸ ਕੰਪਲੀਟ ਕਰਨ ਤੋਂ ਬਾਅਦ, ਤੁਸੀਂ ਡਿਪਲੋਮਾ ਲੈਵਲ ਪਾਸ ਹੋ ਜਾਂ ਬੈਚਲਰਸ ਲੈਵਲ ਕੀਤੀ ਹੈ, ਤੁਹਾਡੀ ਇੰਪਲੋਇਮੈਂਟ ਦਾ ਕੀ ਵਰਕਿੰਗ ਆਵਰਸ ਕੰਪਲੀਟ ਕੀਤੇ, ਉਹਦੇ ਬੇਸ 'ਤੇ ਤੁਹਾਨੂੰ ਪੁਆਇੰਟ ਬੇਸ 'ਤੇ PR ਮਿਲਣੀ ਹੈ। ਜਿਹੜਾ ਬੱਚਾ ਨੋਨ SDS 'ਚ ਹੈ ਜਾਂ SDS ਹੈ, ਕੋਈ ਪ੍ਰੈਫਰੈਂਸ ਨਹੀਂ ਉਹਨੂੰ PR ਦੇ ਵਿੱਚ ਮਿਲਣੀ, ਨਾ ਹੀ ਉਹਨੂੰ ਕੋਈ ਡਿਮੋਸ਼ਨ ਮਿਲਣੀ ਹੈ। ਤੁਸੀਂ ਨੋਨ SDS 'ਚ ਪੜ੍ਹ ਰਹੇ ਹੋ ਜਾਂ SDS ਕੈਟੇਗਰੀ ਪੜ੍ਹ ਰਹੇ ਹੋ, ਤੁਹਾਡੇ PR ਲੈਣ ਦੇ ਚਾਂਸਿਸ, PR ਰਹਿਣ ਦੇ ਜਿਹੜੇ ਪੁਆਇੰਟਸ ਨੇ ਜਾਂ PR ਰਹਿਣ ਦਾ ਜਿਹੜਾ ਤਰੀਕਾ ਉਹ ਸੇਮ ਹੀ ਰਹਿਣਾ, ਉਹਦੇ ਕੁਛ ਚੇਂਜ ਨਹੀਂ ਆਉਣਾ। ਮਾਨਕ ਜੀ, ਬੱਚਿਆਂ ਦੇ ਇਹ ਵੀ ਡਾਊਟ ਹੈ ਕਿ ਜਿਹੜੇ SDS ਅਤੇ ਨੋਨ SDS ਕੈਟਾਗਰੀ ਵਿੱਚ PSW ਤਾਂ ਮਿਲ ਜਾਂਦਾ ਆ, ਕਿ ਨੋਨ SDS ਜਿਹੜੇ ਕੈਟਾਗਰੀ ਹੈ ਇਹਦੇ ਵਿੱਚ PSW ਮਿਲੇਗਾ? ਡੈਫੀਨੇਟਲੀ ਪੂਜਾ, ਮੈਂ ਇੱਥੇ ਬੱਚਿਆਂ ਨੂੰ ਦੱਸਣਾ ਕਿ ਜਿਹੜੇ ਅੱਜ ਦੀ ਡੇਟ 'ਚ SDS ਐਂਡ ਨੋਨ SDS ਕੈਟੇਗਰੀ 'ਚ ਬੱਚਾ ਵੀਜ਼ਾ ਅਪਲਾਈ ਕਰ ਰਿਹਾ, ਇੱਕ DLI ਲਾਈਸੈਂਸ ਨੰਬਰ ਹੈ ਜਿਹਨੂੰ ਆਪਾਂ ਡੈਜ਼ਨੇਟਿਡ ਲਰਨਿੰਗ ਇੰਸਟੀਟਿਊਟ ਕਰਦੇ ਹਾਂ ਕੈਨੇਡਾ ਦੇ ਵਿੱਚ, DLI ਲਾਈਸੈਂਸ ਨੰਬਰ ਜਿਹਦੇ ਕੋਲ ਹੈਗਾ ਉਹ ਕਾਲਜ ਤੁਹਾਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾ ਸਕਦਾ। ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਪ੍ਰੋਫਾਈਲ 'ਚ ਆਪਣੀ ਵੀਜ਼ਾ ਐਪਲੀਕੇਸ਼ਨ ਕਰ ਰਹੇ ਹੋ। SDS ਐਂਡ ਨੋਨ SDS ਕਾਲਜਿਸ ਨਹੀਂ ਹੈ, ਕਾਲਜ ਅੰਡਰ DLI ਲਾਈਸੈਂਸ ਦੇ ਅੰਡਰ ਆਉਂਦਾ, ਉਹਦੇ ਵਿੱਚ ਜਦੋਂ ਤੁਸੀਂ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਹੋ ਉਹਦੇ 'ਚ ਡਿਪੈਂਡ ਕਰਦਾ ਤੁਸੀਂ SDS ਕੈਟੇਗਰੀ 'ਚ ਅਪਲਾਈ ਕਰ ਰਹੇ ਹੋ ਜਾਂ ਨੋਨ SDS ਕੈਟੇਗਰੀ। ਮੈਂ ਤੁਸੀਂ ਐਗਜ਼ਾਮਪਲ ਦੇਣਾ ਚਾਹੁੰਦਾ, ਜਿੱਦਾਂ ਆਪਾਂ ਕਾਲਜ ਦੀ ਗੱਲ ਕਰੀਏ ਸੇਂਟ ਕਲੇਅਰ ਹੈ, ਜਿੱਦਾਂ ਆਪਾਂ ਕਾਲਜ ਦੀ ਗੱਲ ਕਰ ਲੈਂਦੇ ਯੋਰਕਵਿਲ ਯੂਨੀਵਰਸਿਟੀ, ਕੋਨਸ ਟੋਰਵੇ ਕਾਲਜ ਹੈ, ਕੈਂਬਰੀਅਨ ਕਾਲਜ ਹੈ, ਜੇ ਤੁਹਾਡੇ ਓਵਰਆਲ 6 ਬੈਂਡ ਹੈ, ਕਿਸੇ ਇੱਕ ਮੋਡਲ 5.5 ਬੈਂਡ ਰਹਿੰਦੇ ਹੈ,
ਇਹ ਕਾਲਜ ਵੀ ਤੁਹਾਨੂੰ ਸੇਮ ਕੋਰਸ ਐਡਮਿਸ਼ਨ ਦੇ ਰਹੇ ਨੇ ਜਿਹਦੇ ਤੁਸੀਂ ਓਵਰਆਲ 6 ਬੈਂਡ ਈਚ ਮੋਡਿਊਲ 6 ਬੈਂਡ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਇਹਦੇ 'ਚ ਇਹ ਪ੍ਰੋਬਲਮ ਨਹੀਂ ਹੈ ਕਿ SDS ਵਾਲੇ ਜਾਂ ਨੋਨ SDS ਵਾਲੇ ਨੂੰ ਵਰਕ ਪਰਮਿਟ ਨਹੀਂ ਮਿਲਦਾ। ਹਾਂ, ਜੇ ਤੁਸੀਂ ਆਪਣਾ ਕਿਸੇ ਪ੍ਰਾਈਵੇਟ ਕਾਲਜ 'ਚ ਜਾ ਰਹੇ ਹੋ ਜਿਹਦੇ 'ਚ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਹੈ ਅਵੇਲੇਬਲ, ਉਹਦੇ 'ਚ ਤੁਹਾਨੂੰ ਆਫਟਰ ਯੂਨੀਵਰਸਿਟੀ ਟ੍ਰਾਂਸਫਰ ਪ੍ਰੋਗਰਾਮ ਲੈਣ ਤੋਂ ਬਾਅਦ ਤੁਹਾਨੂੰ ਆਪਣਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਬਟ ਜਿਹੜਾ SDS ਹੈ ਨੋਨ SDS ਕੈਟੇਗਰੀ 'ਚ, ਤੁਸੀਂ ਕਾਲਜ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਜੇ ਤੁਹਾਡੇ ਕੋਰਸ ਤੋਂ ਬਾਅਦ ਸਾਲ ਦਾ ਕੋਰਸ ਹੈ ਤਾਂ ਸਾਲ ਦਾ ਵਰਕ ਪਰਮਿਟ, 2 ਸਾਲ ਦੀ ਸਟੱਡੀਜ਼ ਤੁਸੀਂ ਕਰ ਰਹੇ ਹੋ ਕਾਲਜ 'ਚ, ਭਾਵੇਂ ਨੋਨ SDS ਕੈਟੇਗਰੀ, ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਇਸ਼ੂ ਹੋਏਗਾ। ਮਾਨਕ ਜੀ, ਮੇਰਾ ਨੈਕਸਟ ਕੁਐਸਚਨ ਹੈ, SDS ਕੈਟਾਗਰੀ ਵਿੱਚ ਜਿਹੜੇ GIC ਆ ਉਹ ਮੈਡੇਟਰੀ ਹੈਗਾ ਆ, ਕੀ ਜਨਰਲ ਕੈਟਾਗਰੀ ਵਿੱਚ ਵੀ ਸੇਮ ਆ ਜਾਂ ਫਿਰ ਫੰਡ ਸ਼ੋਅ ਕਰਨਾ ਪੈਂਦਾ ਹੈ? ਮੈਂ ਇੱਥੇ ਬੱਚਿਆਂ ਨੂੰ ਦੱਸਣਾ ਚਾਹੁੰਦਾ, ਅੰਡਰ ਨੋਨ SDS ਕੈਟਾਗਰੀ ਜਿਹੜਾ GIC ਹੈ, ਜਿਹਦਾ SDS ਕੈਟਾਗਰੀ, ਮੈਂ ਤੁਹਾਨੂੰ 3 ਪੁਆਇੰਟਸ ਪਹਿਲਾਂ ਦੱਸੇ, ਤੁਹਾਡੇ ਓਵਰਆਲ 6 ਬੈਂਡ ਈਚ ਮੋਡਿਊਲ 'ਚ 6 ਬੈਂਡ ਚਾਹੀਦੇ ਆ, ਪਲੱਸ ਤੁਸੀਂ ਆਪਣੀ ਸਾਲ ਦੀ ਟਿਊਸ਼ਨ ਫੀਸ ਭੇਜਣੀ ਹੈ ਕਿਸੇ ਵੀ ਕਾਲਜ 'ਚ ਤੁਸੀਂ ਅਪਲਾਈ ਕਰੋ, ਪਲੱਸ ਦਾ ਥਰਡ ਜਿਹੜਾ ਪੁਆਇੰਟ ਸੀ ਹੁੰਦੇ, ਤੁਹਾਨੂੰ GIC ਕੰਪਲਸਰੀ ਹੈ, ਮੈਂਡੇਟਰੀ ਹੈ, ਤੁਸੀਂ ਆਪਣੀ GIC ਭੇਜ ਦਿਓ $10,200 ਦੀ। ਬਟ ਅੰਡਰ ਨੋਨ SDS ਔਰ ਜਨਰਲ ਕੈਟੇਗਰੀ ਦੇ ਵਿੱਚ ਇਹ ਤੁਹਾਡੇ ਤੋਂ ਆਪਸ਼ਨਲ ਹੈ ਕਿ ਤੁਸੀਂ, ਤੁਹਾਡੇ ਓਵਰਆਲ 6 ਬੈਂਡ ਹੈ, ਇੱਕ ਮੋਡਲ 5.5 ਬੈਂਡ ਹੈ, ਤੁਸੀਂ 6 ਮਹੀਨਿਆਂ ਦੀ ਫੀਸ ਭੇਜ ਕੇ ਵੀ ਜਾ ਸਕਦੇ ਹੋ। ਪਲੱਸ ਤੁਹਾਨੂੰ GIC ਭੇਜਣੀ ਮੈਂਡੇਟਰੀ ਨਹੀਂ ਹੈ, ਤੁਹਾਡੇ ਤੋਂ ਆਪਸ਼ਨ ਹੈ ਕਿ ਤੁਸੀਂ ਭੇਜੋ। ਪਲੱਸ ਜੇ ਤੁਸੀਂ GIC ਨਹੀਂ ਭੇਜਦੇ ਤਾਂ ਤੁਹਾਨੂੰ ਫੰਡਸ ਆਪਣੇ ਸ਼ੋਅ ਕਰਨੇ ਪੈਣਗੇ, ਆਪਣੇ ITR ਸ਼ੋਅ ਕਰਨੇ ਪੈਣੇ, ਸੋਰਸ ਆਫ ਇਨਕਮ ਸ਼ੋਅ ਕਰਨਾ ਪੈਂਦਾ ਕਿ ਤੁਸੀਂ ਇੱਕ ਕੈਨੇਡਾ ਪੜ੍ਹਾਈ ਕਰਨ ਜਾਣ ਨੂੰ ਅਫੋਰਡ ਕਰ ਸਕਦੇ ਹੋ, ਜੈਨੂਇਨ ਸਟੂਡੈਂਟ ਹੋ, ਬੋਨੇਫਾਈਡੀ ਸ਼ੋਅ ਕਰਨ ਲਈ ਤੁਸੀਂ ਆਪਣੇ ਡਿਫਰੈਂਟ ਵੇ 'ਚ GIC ਨਾ ਭੇਜਣ ਤੋਂ ਆਪਣੇ ਫੰਡ ਸ਼ੋਅ ਕਰਕੇ ਤੁਸੀਂ ਆਪਣੀ ਬੋਨੇਫਾਈਡੀ ਸ਼ੋਅ ਕਰ ਸਕਦੇ ਹੋ। ਮਾਨਕ ਜੀ, ਮੇਰਾ ਨੈਕਸਟ ਕੁਐਸਚਨ ਹੈ ਕਿ ਜਿਹੜੇ ਸਟੂਡੈਂਟ ਕੈਨੇਡਾ ਵਾਸਤੇ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈ ਰਹੀ ਹੈ? ਜਿਹੜੇ ਬੱਚਿਆਂ ਦਾ ਹੁਣ ਪਾਸਪੋਰਟ ਜਿਹਨਾਂ ਦੇ ਸਟੈਂਪ ਵੀਜ਼ਾ ਸਟੈਂਪ ਹੋ ਸੋਚੇ ਨੇ, ਉਹ ਅੱਜ ਦੀ ਡੇਟ 'ਚ ਬੱਚਾ ਆਪਣਾ ਟਰੈਵਲ ਕਰ ਪਾਏਗਾ। ਬਟ ਉਹਦੇ ਲਈ ਕੰਡੀਸ਼ਨ ਹੈ ਕਿ ਉਹਨੂੰ 72 ਘੰਟੇ ਪਹਿਲਾਂ ਆਪਣਾ PCR ਟੈਸਟ ਕਰਾਉਣਾ ਪਏਗਾ COVID-19 ਦਾ, ਪਲੱਸ ਉਹਨੂੰ ਆਪਣਾ 14 ਦਿਨ ਕੁਆਰੰਟਾਈਨ ਅਰੇਂਜ ਕਰਨਾ ਪਏਗਾ, ਜਿਹਦੇ ਵਿੱਚ ਉਹਨੂੰ ਆਪਣੇ ਅਰੇਂਜਮੈਂਟਸ ਕਰਨੇ ਪੈਣਗੇ, ਆਪਣੀ ਜਿਹੜੀ ਉਹਦੀ ਬੇਸਿਕ ਨੈਸੈਸਿਟੀਜ਼ ਹੈ। 14 ਦਿਨ ਦਾ ਜੇ ਤੁਸੀਂ ਕੁਆਰੰਟਾਈਨ ਤੋੜਦੇ ਹੋ ਤਾਂ ਤੁਹਾਨੂੰ $7,50,000 ਦਾ ਜੁਰਮਾਨਾ ਹੋ ਸਕਦਾ, ਪਲੱਸ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਇਹ ਸਾਰੀ ਚੀਜ਼ਾਂ ਨੂੰ ਤੁਸੀਂ ਡਿਟੇਲ 'ਚ ਸਮਝ ਸਕਦੇ ਹੋ ਸਨਰਾਈਜ਼ ਗਲੋਬਲ ਗੇਟਵੇਜ਼ ਦੀ ਟੀਮ ਨਾਲ 9976-9975 'ਤੇ ਕਾਲ ਕਰਕੇ, ਕੈਨੇਡਾ ਫਲਾਈ ਕਰਨ ਤੋਂ ਪਹਿਲਾਂ ਜੇ ਤੁਹਾਡੇ ਵੀਜ਼ਾ ਆ ਚੁੱਕੇ ਨੇ ਕਿਸੇ ਵੀ ਕੰਸਲਟੈਂਟ ਤੋਂ ਤੁਸੀਂ ਅਪਲਾਈ ਕਰਾਈ, ਫਿਰ ਵੀ ਤੁਹਾਨੂੰ ਕੁਛ ਡਾਊਟ ਹੈ ਰਿਲੇਟਿਡ ਟੂ ਤੁਹਾਡੇ ਟਰੈਵਲ ਪਲਾਨਸ ਨਾਲ, ਕਿਹੜੀ ਅਰਾਈਵਲ ਕੈਨ ਤੁਸੀਂ ਆਪਣੀ ਐਪ ਡਾਊਨਲੋਡ ਕਰਨੀ ਹੈ, PCR ਟੈਸਟ ਤੁਹਾਡਾ 72 ਘੰਟੇ ਪਹਿਲਾਂ ਹੋਣਾ ਚਾਹੀਦਾ, ਕੁਛ ਵੀ ਤੁਹਾਡੇ ਕੁਆਰੰਟਾਈਨ ਨੂੰ ਲੈ ਕੇ ਤੁਹਾਡਾ ਡਾਊਟ ਹੈ, ਤੁਹਾਡੇ ਰੇਂਜ ਨਹੀਂ ਹੋ ਪਾ ਰਿਹਾ, ਤੁਸੀਂ ਸਨਰਾਈਜ਼ ਗਲੋਬਲ ਗੇਟਵੇਜ਼ ਦੀ ਟੀਮ ਨਾਲ ਰਾਬਤਾ ਕਰ ਸਕਦੇ ਹੋ, ਤਾਂ ਸਨਰਾਈਜ਼ ਗਲੋਬਲ ਗੇਟਵੇਜ਼ ਦੀ ਟੀਮ ਤੁਹਾਨੂੰ ਫ੍ਰੀ ਆਫ ਕੋਸਟ ਇਹ ਸਰਵਿਸਿਜ਼ ਪ੍ਰੋਵਾਈਡ ਕਰੇਗੀ ਕਿ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਪਾਈਏ। ਮੇਰਾ ਨੈਕਸਟ ਕੁਐਸਚਨ ਹੈ, ਵਿਦ ਕੋਪ ਅਤੇ ਵਿਦਆਊਟ ਕੋਪ ਕਿਹੜਾ ਕੋਰਸ, ਮਤਲਬ ਕਿਹੜੇ ਕੋਰਸ ਜਿਹੜੇ ਬੈਨੀਫਿਸ਼ੀਅਲ ਨੇ ਸਟੂਡੈਂਟ ਲਈ? ਬੱਚੇ, ਮੈਂ ਇੱਥੇ ਬੱਚਿਆਂ ਨੂੰ ਦੱਸਣਾ, ਕਾਫੀ ਬੱਚਿਆਂ ਦੇ ਸਵਾਲ ਰਹਿੰਦਾ ਕਿ ਆਪਾਂ ਕੋਆਪ ਪ੍ਰੋਗਰਾਮਸ ਲਈਏ ਜਾਂ ਨਾ ਲਈਏ, ਕੋਆਪ ਪ੍ਰੋਗਰਾਮਸ ਦਾ ਕੀ ਬੈਨੀਫਿਟ ਰਹਿੰਦਾ। ਮੈਂ ਇੱਥੇ ਬੱਚਿਆਂ ਨੂੰ ਦੱਸਣਾ, ਕੋਆਪ ਪ੍ਰੋਗਰਾਮ ਉਹ ਚੀਜ਼ ਹੈ ਜਿਹਦੇ ਤੁਹਾਨੂੰ ਇੱਕ 100% ਇੰਟਰਨਸ਼ਿਪ ਮਿਲਣੀ ਹੈ, ਜਿਹਦੇ ਤੁਸੀਂ ਬੇਸਿਕ ਪ੍ਰੈਕਟੀਕਲ ਐਕਸਪੀਰੀਅੰਸ ਲੈ ਸਕਦੇ ਹੋ, ਤੁਸੀਂ ਜੋ ਵੀ ਪੜ੍ਹੇ ਹੋ ਆਪਣੀ ਸਟੱਡੀਜ਼ ਉੱਥੇ ਜ਼ਿਆਦਾ, ਡਿਪਲੋਮਾ ਜਾਂ ਬੈਚਲਰ ਲੈਵਲ ਕੀਤਾ, ਜੇ ਤੁਸੀਂ ਕੋਆਪ ਪ੍ਰੋਗਰਾਮ ਲੈ ਰਹੇ ਹੋ ਉਹਦੇ ਤੁਹਾਨੂੰ ਇੱਕ ਪ੍ਰੋਪਰ ਇੰਟਰਨਸ਼ਿਪ ਮਿਲਦੀ ਹੈ ਜਿਹੜੀ ਕਿ 100% ਸ਼ੋਰ ਤੁਹਾਡੇ ਪਾਰਟ ਆਫ ਦਾ ਕੋਰਸ ਹੈ, ਜਿਹਦੇ ਤੁਹਾਨੂੰ ਪ੍ਰੈਕਟੀਕਲ ਨੌਲੇਜ ਮਿਲਦੀ ਹੈ ਅਬਾਊਟ ਯੂਅਰ ਕੋਰਸ, ਜਿਹੜਾ ਕਿ ਤੁਹਾਨੂੰ ਫਿਊਚਰ 'ਚ ਜੋਬ ਲੱਭਣ 'ਚ ਵੀ ਹੈਲਪ ਕਰਦਾ ਰਿਲੇਟਿਡ ਟੂ ਯੋਰ ਸਟੱਡੀਜ਼, ਐਂਡ ਲੇਟਰ ਔਨ ਤੁਹਾਡੀ PR 'ਚ ਵੀ ਪ੍ਰੈਕਟੀਕਲ ਐਕਸਪੀਰੀਅੰਸ ਦੇ ਦੌਰਾਨ ਤੁਹਾਨੂੰ ਜੋਬ ਪ੍ਰੈਫਰੈਂਸ ਮਿਲਦੀ ਹੈ, ਜੋ ਤੁਹਾਡੀ PR 'ਚ ਵੀ ਪੁਆਇੰਟ ਬੇਸ ਸਿਸਟਮ ਤੁਹਾਡੀ ਹੈਲਪ ਕਰਦਾ। ਕੋਆਪ ਪ੍ਰੋਗਰਾਮ ਲੈਣ ਦਾ ਸਪੱਟਤਾ ਨੂੰ ਬਹੁਤ ਫਾਇਦਾ, ਕਿਉਂਕਿ ਪ੍ਰੈਕਟੀਕਲ ਨੌਲੇਜ ਮਿਲਦੀ ਹੈ, ਜੋ ਕੈਨੇਡਾ ਦੀ ਪ੍ਰੈਕਟੀਕਲ ਵਰਕ ਐਕਸਪੀਰੀਅੰਸ ਤੁਹਾਨੂੰ ਮਿਲਣਾ ਉਹ ਤੁਹਾਨੂੰ ਕੈਨੇਡਾ ਜਾ ਕੇ ਕੋਆਪ ਪ੍ਰੋਗਰਾਮਸ 'ਚ ਮਿਲਦਾ, ਅਤੇ ਉਹਦਾ ਬੈਨੀਫਿਟ ਹੈ ਫੋਰ ਯੋਰ ਪ੍ਰੈਕਟੀਕਲ ਨੌਲੇਜ। ਬੱਚਿਆਂ ਦਾ ਸਰ ਨੈਕਸਟ ਕੁਐਸਚਨ ਹੈ ਕਿ 5.5 ਬੈਂਡ ਸਕੋਰ ਦੇ ਨਾਲ ਕਿੰਨਾ ਕੀ ਸਕਸੈਸ ਰੇਟ ਹੈਗਾ? ਬੱਚਿਆਂ ਨੂੰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਨਰਾਈਜ਼ ਗਲੋਬਲ ਗੇਟਵੇ ਕਾਫੀ ਦੇਰ ਤੋਂ ਓਵਰਆਲ 6 ਬੈਂਡ ਕਿਸੇ ਇੱਕ ਮੋਡਿਊਲ 5.5 ਬੈਂਡ ਨੂੰ ਪ੍ਰਮੋਟ ਕਰ ਰਿਹਾ। ਉਹ ਪ੍ਰਮੋਟ ਇਸ ਲਈ ਨਹੀਂ ਕਰ ਰਿਹਾ ਕਿ ਬੱਚਿਆਂ ਦੇ ਵੀਜ਼ਾਸ ਨਹੀਂ ਹੈ, ਸਨਰਾਈਜ਼ ਗਲੋਬਲ ਗੇਟਵੇ ਦਾ ਮੋਟੋ ਰਿਹਾ ਕਿ ਸਾਡਾ ਸਾਥ ਤੁਹਾਡੀ ਉਡਾਨ। ਮੈਂ ਇਹ ਨਹੀਂ ਕਹਿੰਦਾ ਕਿਸੇ ਬੱਚੇ ਦੇ ਜੇ 2 ਮੋਡਲ 'ਚ 5.5 ਬੈਂਡ ਹੈ ਉਹ ਆਪਣਾ ਵੀਜ਼ਾ ਅਪਲਾਈ ਕਰਨ। ਹਾਂ, ਤੁਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹੋ, ਆਪਣੇ ਆਈਲਟਸ ਨਹੀਂ ਦੇਣਾ ਚਾਹੁੰਦੇ, ਕੈਨੇਡਾ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਟਰਾਈ ਜ਼ਰੂਰ ਕਰੋ ਇੱਕ ਵਾਰ, ਕਿਉਂਕਿ ਵੀਜ਼ਾ ਸਕਸੈਸ ਰੇਟ ਉਹਦੇ 'ਚ ਵੀ ਹੈ 25-35%। ਬਟ ਜੇ ਤੁਹਾਡੇ 1 ਮੋਡਲ 5.5 ਬੈਂਡ ਹੈ ਤਾਂ ਸਨਰਾਈਜ਼ ਗਲੋਬਲ ਗੇਟਵੇ ਦੀ ਰੀਸੈਂਟ ਵੀਜ਼ਾ ਆਇਆ, ਬੱਚੇ ਦਾ ਪਾਸਪੋਰਟ ਅਤੇ ਵੀਜ਼ਾ ਸਟੈਂਪ ਵੀ ਹੋ ਚੁੱਕਾ, ਮੈਂ ਉਹਦੀ ਤੁਹਾਡੇ ਨਾਲ ਪ੍ਰੋਫਾਈਲ ਸ਼ੇਅਰ ਕਰੂੰਗਾ। ਰਵਿੰਦਰ ਸਿੰਘ ਨਾਮ ਹੈ ਬੱਚੇ ਦਾ, ਜਲੰਧਰ ਦਾ ਰਹਿਣ ਵਾਲਾ ਬੱਚਾ, 10ਵੀਂ ਉਹਨੇ 2016 'ਚ ਜਿੱਤੀ ਸੀ, ਉਹ ਤੋਂ ਬਾਅਦ ਉਹਨੇ ਕੀਤਾ ਸੀ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰਿੰਗ, ਜਿਹੜਾ ਸੀ 2019 ਪਾਸ ਆਊਟ ਬੱਚਾ ਸੀ। ਆਇਲਟਸ ਓਵਰਆਲ ਉਹਦੇ 6 ਬੈਂਡ ਸੀ, ਨੋਟ ਲੈਸ ਦੈਨ 5.5 ਇਨ 1 ਮੋਡਿਊਲ। ਕੋਨੈਸਟ ਓਗਲਾ ਕਾਲਜ ਦੀ ਮੈਂ ਗੱਲ ਕਰ ਰਿਹਾ, ਜਿਹੜੇ ਬੱਚਿਆਂ ਨੂੰ ਉੱਥੇ ਡਾਊਟ ਹੈ ਕਿ
ਫੋਨੈਸ ਟੋਰਾ ਕਾਲਜ ਹੈ, DLI ਲਾਇਸੈਂਸ ਅਪਰੂਵਡ ਹੈ, ਜਿਹਦੇ ਵਿੱਚ ਬੱਚੇ ਨੇ ਆਪਣਾ ਮੋਟਿਵ ਪਾਵਰ ਫਾਊਂਡੇਸ਼ਨ ਫੰਡਾਮੈਂਟਲ 'ਚ ਆਪਣਾ ਡਿਪਲੋਮਾ ਲਿੱਤਾ। ਉਹਦੇ ਵਿੱਚ ਉਹ ਬੱਚੇ ਨੇ ਆਪਣੀ ਐਡਮਿਸ਼ਨ ਲਈ ਹੈ, ਨੋਨ SDS ਕੈਟੇਗਰੀ 'ਚ ਉਹਨੇ ਆਪਣੀ ਫਾਈਲ ਲਗਾਈ ਹੈ, ਜਿਹਦੇ 'ਚ ਉਹਨੂੰ ਸਟੱਡੀ ਕਰਨ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲਣਾ। ਮੈਂ ਬੱਚਿਆਂ ਨੂੰ ਪ੍ਰੋਫਾਈਲ ਤਾਂ ਡਿਸਕਸ ਕਰ ਰਿਹਾ ਕਿ ਬੱਚਿਆਂ ਨੂੰ ਜਿਨ੍ਹਾਂ ਨੂੰ ਡਾਊਟ ਹੈ ਕਿ ਨੋਨ SDS 'ਚ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ, ਪੋਸਟ ਸਟੱਡੀ ਵਰਕ ਪਰਮਿਟ ਮਿਲਣਾ, ਜਾਂ ਉਹਨਾਂ ਦੀ ਇਹ ਕੈਟੇਗਰੀ 'ਚ ਵੀਜ਼ਾ ਸਕਸੈਸ ਰੇਸ਼ੋ ਘੱਟ ਜਾਂਦੀ ਹੈ, ਤੁਸੀਂ ਸਨਰਾਈਜ਼ ਗਲੋਬਲ ਜੇਟਵੇਜ਼ ਦੀ ਟੀਮ ਨਾਲ ਰਾਬਤਾ ਕਰੋ, ਆਪਣੀ ਪ੍ਰੋਫਾਈਲ ਡਿਸਕਸ ਕਰੋ, ਉਹਦੇ ਰਿਲੇਟਿਡ ਆਪਣੀ ਪ੍ਰੀਵੀਅਸ ਸਟੱਡੀ ਦੇ ਵਿੱਚ ਆਪਣਾ ਕੋਰਸ ਰੈਲੇਵੈਂਟ ਚੁਣੋ। ਪ੍ਰੈਫਰੈਂਸ ਤੁਹਾਡੀ ਕੋਈ ਵੀ ਹੋਵੇ, ਚਾਹੇ ਤੁਹਾਡੀ ਟੋਰੋਂਟੋ ਵੈਨਕੂਵਰ ਹੈ, ਚਾਹੇ ਤੁਸੀਂ ਜਾਣਾ ਚਾਹੁੰਦੇ ਹੋ ਮੋਂਟਰੀਅਲ, ਚਾਹੇ ਤੁਸੀਂ ਜਾਣਾ ਚਾਹੁੰਦੇ ਹੋ ਐਡਮੰਟਨ ਅਲਬਰਟਾ ਦੇ ਵਿੱਚ, ਤੁਸੀਂ ਕਿਸੇ ਵੀ ਸਾਈਡ 'ਤੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹੋ, ਸਨਰਾਈਜ਼ ਗਲੋਬਲ ਗੇਟਵੇ ਤੁਹਾਡੇ ਲਈ ਆਪਸ਼ਨ ਲੈ ਕੇ ਆਇਆ। ਓਵਰਆਲ 6 ਬੈਂਡ 'ਤੇ, ਨੋਟ ਲੈਸ ਦੈਨ 5.5 ਇਨ ਵਨ ਮੋਡਿਊਲ ਓਨਲੀ, ਤੁਸੀਂ ਕਿਸੇ ਪਾਸੇ ਵੀ ਜਾਣਾ ਚਾਹੁੰਦੇ ਹੋ, ਸਨਰਾਈਜ਼ ਗਲੋਬਲ ਗੇਟਵੇ ਦੀ ਟੀਮ ਤੁਹਾਡੀ ਪ੍ਰੋਫਾਈਲ ਦੇ ਰਿਲੇਟਿਡ, ਤੁਹਾਡੀ ਸਿਟੀ ਪ੍ਰੈਫਰੈਂਸ ਦੇ ਰਿਲੇਟਿਡ ਤੁਹਾਨੂੰ ਕੋਰਸ ਅਵੇਲੇਬਿਲਟੀ ਕਰਾਏਗੀ, ਅਤੇ ਤੁਹਾਡੇ ਵੀਜ਼ਾ 'ਚ ਕੋਈ ਪ੍ਰੋਬਲਮ ਨਾ ਆਵੇ। ਮਾਨਕ ਜੀ, ਮੇਰਾ ਨੈਕਸਟ ਕੁਐਸਚਨ ਹੈ, ਜਿੱਦਾਂ ਬੱਚਿਆਂ ਨੂੰ ਹੁੰਦਾ ਕਿ ਮੈਂ ਆਹੀ ਸਿਟੀ ਵਾਲੀ ਸਾਈਡ 'ਤੇ ਜਾਣਾ, ਐਡਮਿੰਟਨ ਜਾਣ ਵਾਲੇ ਬੱਚਿਆਂ ਲਈ ਕਿਹੜੇ ਕੋਰਸ ਅਤੇ ਕਿਹੜੀ ਯੂਨੀਵਰਸਿਟੀ 'ਤੇ ਮਿਲ ਸਕਦੇ ਨੇ? ਮੈਂ ਅੱਜ ਬੱਚਿਆਂ ਨੂੰ ਦੱਸਣਾ, ਜਿਹੜੇ ਬੱਚੇ ਪਲੱਸ ਟੂ 2018-19-20 ਪਾਸ ਆਊਟ ਨੇ, ਗੈਪ ਵਾਲੇ ਸਟੂਡੈਂਟ ਨੇ, ਓਵਰਆਲ 55% ਹੈ ਤੁਹਾਡੇ ਆਰਟਸ, ਓਵਰਆਲ 6 ਬੈਂਡ ਹੈ, ਕਿਸੇ ਇੱਕ ਮੋਡਲ 5.5 ਬੈਂਡ ਰਹਿੰਦੇ, ਖਾਸ ਕਰਕੇ ਜਿਹੜੇ ਬੱਚੇ ਅਲਬਰਟਾ ਜਾਣਾ ਚਾਹੁੰਦੇ ਨੇ, ਓਵਰਆਲ 6.5 ਬੈਂਡ ਦੀ ਰਿਕੁਆਇਰਮੈਂਟ ਆ ਮੋਸਟ ਆਫ ਦਾ ਕਾਲਜ ਇਨ ਯੂਨੀਵਰਸਿਟੀਜ਼। ਤੁਹਾਡੇ ਲਈ ਸਨਰਾਈਜ਼ ਗਲੋਬਲ ਗੇਟਵੇ ਖਾਸ ਓਪਰਚੁਨਿਟੀ ਲੈ ਕੇ ਆਇਆ, September 2021 ਦਾ ਇੰਟੇਕ ਅਵੇਲੇਬਲ ਮਿਲੇਗਾ ਇਹ ਬੱਚਿਆਂ ਨੂੰ। ਓਵਰਆਲ 6 ਬੈਂਡ 'ਤੇ, ਇੱਕ ਮੋਡਲ 5.5 ਬੈਂਡ 'ਤੇ ਤੁਸੀਂ ਡਾਇਰੈਕਟ ਬੈਚਲਰ ਪ੍ਰੋਗਰਾਮ ਲੈ ਸਕਦੇ ਹੋ, ਜਿਹੜਾ ਤੁਸੀਂ ਕੰਪਲੀਟ ਕਰ ਸਕਦੇ ਹੋ 3 ਤੋਂ 4 ਸਾਲ ਦੇ ਨਾਲ ਵਿੱਚ, ਪਲੱਸ ਤੁਹਾਨੂੰ 3 ਸਾਲ ਦਾ ਪੋਸਟ ਸਟੱਡੀ ਪਰਮਿਟ ਮਿਲਦਾ। ਆਰਟਸ ਵਾਲੇ ਬੱਚਿਆਂ ਲਈ ਵੀ ਆਪਸ਼ਨ ਹੈ, ਮੈਡੀਕਲ ਨੋਨ ਮੈਡੀਕਲ ਵਾਲੇ ਬੱਚਿਆਂ ਲਈ ਵੀ ਆਪਸ਼ਨ ਹੈ, ਕਾਮਰਸ ਵਾਲੇ ਬੱਚਿਆਂ ਲਈ ਵੀ ਆਪਸ਼ਨ ਹੈ, ਤੁਸੀਂ ਆਪਣੀ ਬੈਚਲਰਸ ਉਹਦੀ ਸਪੈਸ਼ਲਾਈਜੇਸ਼ਨ ਕਰਨ ਜਾ ਸਕਦੇ ਹੋ ਕਿੰਗਜ਼ ਯੂਨੀਵਰਸਿਟੀ ਐਡਮਿੰਟਨ ਅਲਬਰਟਾ ਦੇ ਵਿੱਚ, ਤੁਸੀਂ ਆਪਣੀ ਸਟੱਡੀਜ਼ ਕੰਟੀਨਿਊ ਕਰ ਸਕਦੇ ਹੋ। ਰੈਂ ਜਿਹੜਾ ਤੁਹਾਨੂੰ ਓਵਰਆਲ 6 ਬੈਂਡ, ਇੱਕ ਮੋਡਲ 5.5 ਬੈਂਡ 'ਤੇ, ਓਵਰਆਲ 55% ਪਲੱਸ ਟੂ 2018-19-20 ਪਾਸ ਆਊਟ ਵਾਲੇ ਬੱਚੇ ਜਿਹੜੇ ਅਲਬਰਟਾ ਜਾਣਾ ਚਾਹੁੰਦੇ ਨੇ, ਓਵਰਆਲ 6 ਬੈਂਡ 'ਤੇ, ਇੱਕ ਮੋਡਲ 5.5 ਬੈਂਡ 'ਤੇ, ਸਨਰਾਈਜ਼ ਗਲੋਬਲ ਜੇਟਵੇਜ਼ ਟੀਮ ਨਾਲ ਆਪਣਾ ਕਾਲ ਕਰਕੇ ਆਪਣੀ ਪ੍ਰੋਫਾਈਲ ਡਿਸਕਸ ਕਰਕੇ, ਆਪਣੀ ਪ੍ਰੋਫਾਈਲ ਦੇ ਰਿਲੇਟਿਡ, ਚਾਹੇ ਤੁਸੀਂ ਆਰਟਸ ਬੈਕਗਰਾਊਂਡ ਹੋ, ਕਮਰਸ ਬੈਕਗਰਾਊਂਡ ਹੋ, ਨੋਨ ਮੈਡੀਕਲ ਜਾਂ ਮੈਡੀਕਲ ਬੈਕਗਰਾਊਂਡ ਹੋ, ਤੁਸੀਂ ਆਪਣੀ ਪ੍ਰੋਫਾਈਲ ਦੇ ਰਿਲੇਟਿਡ ਐਡਮਿੰਟਨ ਦੇ ਵਿੱਚ ਕੋਰਸ ਲੈ ਸਕਦੇ ਹੋ। ਮਾਨਕ ਜੀ, ਬੱਚਿਆਂ ਦਾ ਕੁਐਸਚਨ ਹੈ ਕਿ ਜਿਹੜੇ ਕਿਊਬਿਕ ਜਾਣ ਵਾਲੇ ਬੱਚਿਆਂ ਨੂੰ ਕਨਫਿਊਜ਼ਨ ਹੈ, ਉਹਨਾਂ ਲਈ ਕਿਹੜੇ ਕਾਲਜ ਅਤੇ ਕਿਹੜੇ ਕੋਰਸ ਪ੍ਰੈਜੈਂਟ ਨੇ ਉਹਨਾਂ ਵਾਸਤੇ? ਮੈਂ ਇੱਥੇ ਬੱਚਿਆਂ ਨੂੰ ਦੱਸਣਾ, ਜਿਹੜਾ ਕਿ 30 December 2020 ਨੂੰ ਮਿਨਿਸਟਰੀ ਵੱਲੋਂ ਆਪਣੇ ਕਾਲਜਿਸ ਦੇ ਲਾਇਸੈਂਸ, ਕਾਲਜ ਦੇ COQs ਕੈਂਸਲ ਹੋਏ ਸੀ, ਟੈਂਪਰਲੀ ਸਸਪੈਂਡ ਕੀਤੇ ਗਏ ਸੀ 31 March 2021 ਤੱਕ। ਉਹ ਤੋਂ ਇਲਾਵਾ ਵੀ ਸਨਰਾਈਜ਼ ਗਲੋਬਲ ਗੇਟਵੇ ਤੁਹਾਨੂੰ ਆਪਸ਼ਨ ਦੇ ਰਿਹਾ, ਐਵਲੋਨ ਕਾਲਜ ਹੈ ਕੈਨੇਡਾ ਦੇ ਵਿੱਚ, ਅਤੇ ਸਨਰਾਈਜ਼ ਗਲੋਬਲ ਗੇਟਵੇ ਤੁਹਾਨੂੰ ਮੇਨ ਟੇਕ 2021 ਲਈ ਆਪਸ਼ਨ ਦੇ ਰਿਹਾ ਕਿ ਤੁਸੀਂ ਸਿਰਫ ਆਪਣੀ ਐਪਲੀਕੇਸ਼ਨ ਫੀਸ ਭਰ ਕੇ ਆਪਣੇ LOA ਜਨਰੇਟ ਕਰਾ ਸਕਦੇ ਹੋ, ਕਿ ਫੀਸ ਤੁਸੀਂ ਦੇਣੀ ਹੈ ਵੀਜ਼ਾ ਲੱਗਣ ਤੋਂ ਬਾਅਦ। ਤੁਹਾਡੇ CAQ ਨੂੰ ਲੈ ਕੇ ਜੋ ਵੀ ਤੁਹਾਡੀ ਇਨਕੁਆਇਰੀਜ਼ ਹੈ, ਤੁਹਾਨੂੰ ਲੱਗਦਾ ਜਿਹੜੇ ਕਾਲਜ ਟੈਂਪਰਲੀ ਸਸਪੈਂਡਡ ਸੀ ਇਸ ਕਾਰਨ ਬਾਕੀ ਕਾਲਜਾਂ ਦੇ ਵੀ CAQ ਕਲੀਅਰ ਨਹੀਂ ਹੋਣੇ, ਸਨਰਾਈਜ਼ ਗਲੋਬਲ ਜੇਟਵੇ ਦੀ ਟੀਮ ਨਾਲ ਰਾਬਤਾ ਕਰੋ। ਐਵਲੋਨ ਕਾਲਜ 'ਚ ਤੁਸੀਂ ਸਿਰਫ ਆਪਣੀ ਐਪਲੀਕੇਸ਼ਨ ਫੀਸ ਦੇ ਕੇ ਆਫਟਰ ਵੀਜ਼ਾ ਮੇਨ ਟੇਕ 2021 ਲਈ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ, ਆਫਟਰ ਵੀਜ਼ਾ ਤੁਸੀਂ ਆਪਣੀ ਟਿਊਸ਼ਨ ਫੀਸ ਭੇਜੋਗੇ। ਜਿਹੜੇ ਵੀ ਬੱਚਿਆਂ ਨੂੰ ਲੱਗਦਾ ਉਹਨਾਂ ਦੇ ਪੈਸੇ ਨਾ ਬਰਬਾਦ ਹੋਣ ਕਿ CAQ ਮੋਂਟਰੀਅਲ ਹੀ ਜਾਣਾ ਚਾਹੁੰਦੇ ਨੇ ਸਪੈਸੀਫਿਕਲੀ, ਬਟ ਉਹਨਾਂ ਨੂੰ ਪੈਸਿਆਂ ਦਾ ਆਪਣੇ ਨੁਕਸਾਨ ਹੋਣ ਦਾ ਡਰ ਲੱਗ ਰਿਹਾ, ਉਹ ਸਨਰਾਈਜ਼ ਗਲੋਬਲ ਜੇਟਵੇਜ਼ ਟੀਮ ਨਾਲ 9076-9975 'ਤੇ ਰਾਬਤਾ ਕਰਨ, ਅਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਤਾਂ ਮੋਂਟਰੀਅਲ ਜਾਣਾ ਚਾਹੁੰਦੇ ਹੋ 2018-19-20 ਪਾਸ ਆਊਟ ਹੋ, ਓਵਰਆਲ 6 ਬੈਂਡ ਨੇ, ਇੱਕ ਮੋਡਲ 5.5 ਬੈਂਡ ਨੇ, ਬੈਚਲਰਸ ਪਾਸ ਆਊਟ ਹੋ, ਓਵਰਆਲ 6 ਬੈਂਡ, ਇੱਕ ਮੋਡਲ 5.5 ਬੈਂਡ, ਤੁਹਾਡੇ ਲਈ PG ਡਿਪਲੋਮਾ ਅਵੇਲੇਬਲ ਹੈ, ਜਿੱਥੇ ਤੁਹਾਨੂੰ 2 ਸਾਲ ਦੀ ਸਟੱਡੀ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਵੀ ਅਵੇਲੇਬਲ ਹੈ ਮੋਂਟਰੀਅਲ ਦੇ ਵਿੱਚ। ਕਾਲ ਕਰੋ ਅੱਜ ਹੀ ਸਨਰਾਈਜ਼ ਦੀ ਗਲੋਬਲ ਜੇਟਵੇਜ਼ ਦੀ ਟੀਮ ਨਾਲ, ਆਪਣੀ ਪ੍ਰੋਫਾਈਲ ਡਿਸਕਸ ਕਰੋ ਅਤੇ ਮੋਂਟਰੀਅਲ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਤੁਸੀਂ। ਬੱਚਿਆਂ ਦਾ ਨੈਕਸਟ ਕੁਐਸਚਨ ਹੈ ਕਿ ਜੇ ਓਵਰਆਲ 6 knowledge and 5.5 ਇੱਕ ਮੋਡਿਊਲ ਵਿੱਚ ਨੇ, ਉਹਨਾਂ ਨੂੰ ਟੋਰੋਂਟੋ ਅਤੇ ਵੈਂਕੂਵਰ ਵਿੱਚ ਕਿਹੜੀਆਂ ਆਪਸ਼ਨ ਮਿਲ ਸਕਦੀਆਂ ਨੇ? ਕਾਫੀ ਆਪਸ਼ਨਸ ਨੇ, ਜੇ ਮੈਂ ਡਿਸਕਸ ਕਰਾਂ, ਯੋਥਵਿਲ ਯੂਨੀਵਰਸਿਟੀ ਹੈ ਜੇ ਤੁਸੀਂ ਬੈਚਲਰਸ ਪੜ੍ਹਨਾ ਚਾਹੁੰਦੇ ਹੋ ਡਾਇਰੈਕਟ, ਜੇ ਤੁਸੀਂ ਹੋਰ ਆਪਸ਼ਨ ਲੈਣਾ ਚਾਹੁੰਦੇ ਹੋ ਡਿਪਲੋਮਾ ਲੈਵਲ 'ਚ ਬਿਜ਼ਨਸ ਜਾਂ ਕੰਪਿਊਟਰ ਦੇ ਰਿਲੇਟਡ, ਨੋਨ ਮੈਡੀਕਲ ਜਾਂ ਮੈਡੀਕਲ ਬੈਕਗਰਾਉਂਡ ਹੈ, ਤੁਹਾਡੇ ਕੋਲ ਸੇਂਟ ਕਲੀਅਰ ਆਪਸ਼ਨ ਹੈ, ਤੁਹਾਡੇ ਕੋਲ ਕੋਨਸਟੋਰ ਆਪਸ਼ਨ ਹੈ, ਕੈਂਬਰੀਅਨ ਕਾਲਜ ਹੈ, ਤੁਹਾਡੇ ਕੋਲ ਹੋਰ ਵੀ ਕਾਲਜਿਸ ਕਾਫੀ ਨੇ, ਜਿੱਦਾਂ ਮੈਂ ਤੁਹਾਨੂੰ ਦੱਸਾਂ ਆਪਣੇ ਕੋਲ ਕਾਲਜ ਨੇ, ਨਿਆਦਰਾ ਕਾਲਜ ਹੈ, ਸੋਲਟ ਕਾਲਜ ਹੈ, ਇਹ ਸਾਰੇ ਕਾਲਜ ਤੁਹਾਨੂੰ ਅੰਡਰ ਨੋਨ SDS ਕੈਟੇਗਰੀ 'ਚ ਵਿਥ PSW ਕਾਲਜ ਹੈ, ਦੰਦੇ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਦੀ ਆਪਸ਼ਨਸ ਅਵੇਲੇਬਲ ਮਿਲਣੀ। ਯੋਥਵਿਲ ਯੂਨੀਵਰਸਿਟੀ ਗੱਲ ਕਰਾਂ ਤਾਂ ਜੇ ਤੁਸੀਂ ਕੰਪਲੀਟ ਬੈਚਲਰਸ ਕਰ ਲੈਂਦੇ ਹੋ ਤਾਂ ਤੁਸੀਂ ਆਪਣੀ ਬੈਚਲਰਸ ਕੰਪਲੀਟ ਕਰਨ ਤੋਂ ਬਾਅਦ ਸਪੈਸੀਫਿਕੇਸ਼ਨ ਜਾਂ ਕੋਈ ਸਪੈਸ਼ਲਾਈਜੇਸ਼ਨ ਕਰਨਾ ਚਾਹੁੰਦੇ ਹੋ, ਬਿਜ਼ਨਸ ਅਕਾਊਂਟਿੰਗ ਫਾਈਨੈਂਸ ਦੀ, ਉਹ ਸਪੈਸ਼ਲਾਈਜੇਸ਼ਨ ਕਰਨ ਤੋਂ ਬਾਅਦ ਵੀ ਤੁਸੀਂ ਆਪਣਾ
ਵੀਜ਼ਾ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਪੁਆਇੰਟ ਬੇਸ ਸਿਸਟਮ ਅਤੇ ਪੀ ਆਰ ਦੇ ਵਿੱਚ ਹੈਲਪ ਹੁੰਦੀ ਹੈ। ਯੋਥਵਿਲ ਯੂਨੀਵਰਸਿਟੀ ਤੁਸੀਂ ਫ੍ਰੀ ਐਜੂਕੇਸ਼ਨ ਕਿਵੇਂ ਕਰ ਸਕਦੇ ਹੋ? ਸਨਰਾਈਜ਼ ਗਲੋਬਲ ਡੇਟਵੇਜ਼ ਦੀ ਟੀਮ ਨਾਲ ਰਾਬਤਾ ਕਰਕੇ ਡਿਟੇਲ 'ਚ ਸਮਝੋ ਕਿ ਤੁਸੀਂ ਆਪਣੀ ਬੈਚਲਰਸ ਪੜ੍ਹਾਈ ਤੋਂ 3 ਸਾਲ ਦੇ ਵਿੱਚ ਕੰਪਲੀਟ ਕਰਨ ਤੋਂ ਬਾਅਦ ਯੋਥਵਿਲ ਯੂਨੀਵਰਸਿਟੀ ਟੋਰੋਂਟੋ ਜਾਂ ਵੈਨਕੂਵਰ ਕੈਂਪਸ 'ਤੇ ਤੁਸੀਂ ਫ੍ਰੀ ਐਜੂਕੇਸ਼ਨ ਕਿਵੇਂ ਲੈ ਸਕਦੇ ਹੋ। ਹੋਰ ਜੇ ਗੱਲ ਕਰਾਂ ਬੈਚਲਰਸ ਆਫ ਇੰਟੀਰੀਅਰ ਡਿਜ਼ਾਇਨਿੰਗ ਵੀ ਹੈ ਟਰੋ ਆਪਣੇ ਟੋਰੋਂਟੋ ਕੈਂਪਸ ਦੇ ਵਿੱਚ, ਜਿਹਦਾ ਬੈਨੀਫਿਟ ਇਹ ਹੈ ਕਿ ਜਿਹੜਾ ਬੱਚਾ ਆਪਣੀ ਬੈਚਲਰਸ ਕੰਪਲੀਟ ਕਰਨ ਤੋਂ ਬਾਅਦ ਰਜਿਸਟਰ ਹੁੰਦਾ ਇੰਟੀਰੀਅਰ ਡਿਜ਼ਾਇਨਿੰਗ ਦੇ ਵਿੱਚ, ਉਹ ਆਲ ਓਵਰ ਕੈਨੇਡਾ, ਨੌਰਥ ਅਮਰੀਕਾ, ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਆਪਣੀ ਜੋਬ ਪ੍ਰੋਫਾਈਲ ਦੇ ਰਿਲੇਟਿਡ ਵੀ ਆਪਣਾ ਬਿਜ਼ਨਸ, ਆਪਣੀ ਜੋਬਸ ਕੰਟੀਨਿਊ ਕਰ ਸਕਦਾ ਸੇਮ ਇੰਟੀਰੀਅਰ ਡਿਜ਼ਾਇਨਿੰਗ ਦੇ ਰਿਲੇਟਿਡ। ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਹੋਰ ਕਾਲਜ 'ਚ ਕਿਹੜੇ ਕਿਹੜੇ ਕੋਰਸਿਸ ਨੇ, ਕਿਹੜੇ ਕਿਹੜੇ ਬੱਚਿਆਂ ਲਈ ਆਪਸ਼ਨ ਹੈ, ਪੀ ਐਸ ਡਬਲਿਊ ਉਹਨਾਂ ਨੂੰ ਮਿਲਣਾ, ਇਹ ਸਾਰੀ ਡਿਟੇਲਸ ਲੈਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨੰਬਰਾਂ 'ਤੇ। ਮਾਨਕ ਜੀ, ਮੇਰਾ ਲਾਸਟ ਸਵਾਲ ਹੈ ਰਿਜੈਕਸ਼ਨ ਨੂੰ ਲੈ ਕੇ। ਸਟੂਡੈਂਟ ਪੁੱਛਦੇ ਆ ਕਿ ਸਾਡੀ ਬਹੁਤ ਵਧੀਆ ਪ੍ਰੋਫਾਈਲ ਹੁੰਦੀ ਹੈ ਪਰੰਤੂ ਫਿਰ ਵੀ ਉਹਨਾਂ ਦੀ ਰਿਜੈਕਸ਼ਨ ਆ ਜਾਂਦੀ, ਇਹਨਾਂ ਪਿੱਛੇ ਕੀ ਕਾਰਨ ਹੋ ਸਕਦਾ ਹੈ? ਖੁਜਾ ਮੈਂ ਇੱਥੇ ਦੱਸਣਾ, ਕਾਫੀ ਬੱਚਿਆਂ ਨੂੰ ਰਿਜੈਕਸ਼ਨ ਮਿਲਦੀ ਹੈ, ਵਧੀਆ ਪ੍ਰੋਫਾਈਲ ਹੈ, ਜਿਵੇਂ ਉਹਨਾਂ ਦੇ ਓਵਰਆਲ 6 ਬੈਂਡ ਵੀ ਹੈ ਜਾਂ ਇੰਚ ਮਾਡਲ 6 ਹੈ, ਇੱਕ ਮਾਡਲ 'ਚ 5.5 ਬੈਂਡ ਰਹਿੰਦੇ, ਉਹਨਾਂ ਨੂੰ ਰਿਜੈਕਸ਼ਨ ਮਿਲ ਜਾਂਦੀ। ਪ੍ਰੋਬਲਮ ਇਹ ਹੈ ਕਿ ਉਹ ਪੈਕੇਜਸ ਵੱਲ ਦੌੜਦੇ ਨੇ, ਕੋਰਸ ਰੈਲੇਵੈਂਸੀ ਨੂੰ ਇੰਪੋਰਟੈਂਸ ਨਹੀਂ ਦਿੰਦੇ, ਆਪਣੀ ਸਿਟੀ ਪ੍ਰੈਫਰੈਂਸ ਦੇ ਵਿੱਚ ਅੜੇ ਹੋਏ ਨੇ ਕਿ ਆਪਾਂ ਇਹੀ ਸਿਟੀ 'ਚ ਜਾਣਾ। ਤੁਹਾਡੀ ਕੋਰਸ ਰੈਲੇਵੈਂਸੀ ਹੋਣੀ ਚਾਹੀਦੀ ਹੈ, ਕੈਨੇਡਾ ਤੁਹਾਨੂੰ ਸਟੱਡੀ ਵੀਜ਼ਾ ਦੇ ਰਿਹਾ ਤੁਹਾਡੀ ਬੋਨੇਫਾਈਡ ਉੱਤੇ, ਜੇ ਤੁਸੀਂ ਬੋਨੇਫਾਈਡ ਸਟੂਡੈਂਟ ਜਸਟੀਫਾਈ ਕਰਦੇ ਹੋ ਵੀਜ਼ਾ ਆਫਿਸਰ ਨੂੰ ਤਾਂ ਤੁਹਾਨੂੰ ਵੀਜ਼ਾ ਮਿਲਦਾ। ਜੇ ਮੈਂ ਪਲੱਸ ਟੂ ਆਰਟਸ 'ਚ ਪੜ੍ਹਿਆ ਜਾਂ ਮੈਂ ਪਲੱਸ ਟੂ ਮੈਡੀਕਲ 'ਚ ਪੜ੍ਹਿਆ, ਜੇ ਮੈਂ ਮੈਡੀਕਲ ਦੇ ਰਿਲੇਟਿਡ ਕੋਰਸ ਹੀ ਨਹੀਂ ਲੈ ਪਾ ਰਿਹਾ ਅਤੇ ਮੈਂ ਆਪਣੀ ਟੋਰੋਂਟੋ ਜਾਂ ਵੈਨਕੂਵਰ 'ਚ ਜਾਂ ਮੋਨਟਰੀਅਲ ਦੀ ਪ੍ਰੈਫਰੈਂਸ 'ਚ ਅੜਿਆ ਹੋਇਆ, ਇਹ ਪ੍ਰੈਫਰੈਂਸਿਸ ਸਾਨੂੰ ਛੱਡਣੀਆਂ ਪੈਣਗੀਆਂ। ਕੋਰਸ ਰੈਲੇਵੈਂਸੀ ਤੁਹਾਡੀ ਬੇਸਿਕ ਨੈਸੈਸਿਟੀ ਹੈ ਜੇ ਤੁਸੀਂ ਵੀਜ਼ਾ ਅਪਰੂਵਲ ਨਾਲ ਲੈਂਦੇ। ਉਹ ਤੋਂ ਬਾਅਦ ਤੁਹਾਡੇ ਕਹਿੰਦੇ ਸਟੇਟਮੈਂਟ ਆਫ ਪਰਪਸ, ਤੁਹਾਡਾ ਸਟੇਟਮੈਂਟ ਆਫ ਪਰਪਸ, ਤੁਹਾਡਾ ਪਰਪਸ ਕੀ ਹੈ ਕੈਨੇਡਾ ਜਾਣ ਦਾ, ਤੁਹਾਡਾ ਮੋਟਿਵ ਕੀ ਹੈ, ਇਹ ਸਾਰੀਆਂ ਚੀਜ਼ਾਂ ਮੈਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੀ ਫਾਈਲ ਦੇ ਵਿੱਚ ਜਿਹਦੇ ਤੁਹਾਡੀ ਵੀਜ਼ਾ ਸਰ। ਇੱਕ ਹੈ ਟਾਈਮ, ਜਿਹੜੇ ਟਾਈਮ 'ਤੇ ਤੁਸੀਂ ਅਪਲਾਈ ਕਰੋ। ਬਹੁਤ ਜ਼ਿਆਦਾ ਬੱਚੇ ਨੂੰ ਜਿਹਦੇ ਪ੍ਰੋਫਾਈਲ ਬਹੁਤ ਵਧੀਆ ਹੁੰਦੀ ਹੈ, ਉਹ ਵੇਟ ਕਰਦੇ ਰਹਿੰਦੇ ਕਿ ਸਾਡੀ ਤਾਂ ਆਫਰ ਲੈਟਰ ਆ ਹੀ ਜਾਣੀ ਹੈ। ਤੁਹਾਡੀ ਆਫਰ ਲੈਟਰ ਅਕੋਰਡਿੰਗ ਟੂ ਤੁਹਾਡੀ ਅਪਲਾਈ 'ਤੇ ਆਉਣੀ ਹੈ, ਜਿੰਨੀ ਡਿਲੇ ਤੁਸੀਂ ਅਪਲਾਈ ਕਰੋਗੇ ਆਫਰ ਲੈਟਰ, ਉਨੀ ਡਿਲੇ ਤੁਹਾਡੀ ਆਫਰ ਲੈਟਰ ਰਹਿ ਜਾਏਗੀ, ਉਹ ਤੋਂ ਬਾਅਦ ਉਨਾ ਡਿਲੇ ਤੁਹਾਡਾ ਐਲੋ ਹੈ। ਅਤੇ ਜਿੰਨਾ ਡਿਲੇ ਤੁਸੀਂ ਆਪਣਾ ਸਮੈਸਟਰ ਲਈ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਹੋ, ਉਨੇ ਚਾਂਸਿਸ ਹੈ ਤੁਹਾਡੇ ਰਿਜੈਕਸ਼ਨ ਦੇ। ਜੇ ਤੁਸੀਂ ਪ੍ਰੋਪਰ ਵੀਜ਼ਾ ਲੈਣਾ ਚਾਹੁੰਦੇ ਹੋ ਤੁਹਾਨੂੰ ਟਾਈਮਲੀ ਜਾਣਾ ਪਏਗਾ, ਤੁਹਾਨੂੰ ਕੋਰਸ ਰੈਲੇਵੈਂਸੀ ਨੂੰ ਇੰਪੋਰਟੈਂਸ ਦੇਣੀ ਪਏਗੀ, ਤੁਹਾਨੂੰ ਆਪਣੀ ਸਿਟੀ ਪ੍ਰੈਫਰੈਂਸ ਜੇ ਕੋਰਸ ਰੈਲੇਵੈਂਸੀ ਦੇ ਨਾਲ ਨਹੀਂ ਮਿਲੀ ਤਾਂ ਤੁਹਾਨੂੰ ਤੁਹਾਡੀ ਸਿਟੀ ਪ੍ਰੈਫਰੈਂਸ ਛੱਡਣੀ ਪਏਗੀ। ਪ੍ਰੋਫਾਈਲਸ ਵਧੀਆ ਨੇ, ਵੀਜ਼ਾ ਰਿਜੈਕਸ਼ਨ ਨੇ, ਵੀਜ਼ਾ ਰਿਫਿਊਜ਼ ਕਿਉਂ ਹੈ ਉਹਨੂੰ ਦੁਬਾਰਾ ਰੀਅਪਲਾਈ ਕਰਨਾ ਚਾਹੁੰਦੇ ਹੋ, ਸਨਰਾਈਜ਼ ਗਲੋਬਲ ਗੇਟਵੇਜ਼ ਦੀ ਟੀਮ ਤੁਹਾਡੇ ਕੋਲ ਕੋਈ ਪ੍ਰੋਸੈਸਿੰਗ ਚਾਰਜਿਸ ਨਹੀਂ ਲੈ ਰਹੀ ਰਿਫਿਊਜ਼ਲ ਕੇਸਿਸ ਦੇ ਲਈ। ਸਪੈਸ਼ਲੀ ਜੇ ਤੁਹਾਡਾ ਕੇਸ ਰਿਫਿਊਜ਼ਡ ਹੈ ਤਾਂ ਤੁਸੀਂ ਪ੍ਰੋਸੈਸਿੰਗ ਚਾਰਜਿਸ ਨਹੀਂ ਦੇਣਾ ਚਾਹੁੰਦੇ। ਨੋਨ ਐਸ ਡੀ ਐਸ ਜਾਂ ਐਸ ਡੀ ਐਸ ਕੈਟੇਗਰੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਸਾਰੇ ਆਪਣੀ ਜਿਹੜੇ ਆਪਣੇ ਪੋਸਟ ਸਟੱਡੀ ਵਰਕ ਪਰਮਿਟ ਵੀ ਲੈਣਾ ਚਾਹੁੰਦੇ ਹੋ, ਤੁਸੀਂ ਸਨਰਾਈਜ਼ ਗਲੋਬਲ ਗੇਟਵੇਜ਼ ਦੀ ਟੀਮ ਨਾਲ ਰਾਬਤਾ ਕਰ ਸਕਦੇ ਹੋ 9976-9975 'ਤੇ। ਮੇਨ ਡੇਟ 'ਤੇ ਸਤੰਬਰ ਡੇਟ ਲਈ ਸੀਟਸ ਅਵੇਲੇਬਲ ਹਨ। ਟੋਰੋਂਟੋ ਜਾਣਾ ਚਾਹੁੰਦੇ ਹੋ, ਵੈਨਕੂਵਰ ਜਾਣਾ ਚਾਹੁੰਦੇ ਹੋ, ਮੋਂਟਰੀਅਲ ਜਾਣਾ ਚਾਹੁੰਦੇ ਹੋ ਜਾਂ ਐਡਮੰਟਨ ਐਲਬਰਟਾ ਜਾਣਾ ਚਾਹੁੰਦੇ ਹੋ, ਤੁਹਾਡੇ ਲਈ ਓਵਰਆਲ 6 ਬੈਂਡ 1 ਮਾਡਲ 5.5 ਬੈਂਡ ਦੇ ਆਪਸ਼ਨ ਦਾ ਬੈਚਲਰਸ ਡਿਗਰੀ ਲੈਣਾ ਚਾਹੁੰਦੇ ਹੋ, ਡਿਪਲੋਮਾ ਲੈਣਾ ਚਾਹੁੰਦੇ ਹੋ ਜਾਂ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ, ਤੁਹਾਡੇ ਲਈ ਸਨਰਾਈਜ਼ ਗਲੋਬਲ ਗੇਟਵੇਜ਼ ਦੇ ਦਰਵਾਜ਼ੇ ਖੁੱਲ੍ਹੇ ਨੇ। 9976-9975 'ਤੇ ਕਾਲ ਕਰਕੇ ਆਪਣੀ ਪ੍ਰੋਫਾਈਲ ਡਿਸਕਸ ਕਰਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ। ਮਾਨਕ ਜੀ, ਬੱਚਿਆਂ ਨੂੰ ਕੈਨੇਡਾ ਵਾਸਤੇ ਜਾਣ ਲਈ ਜਾਗਰੂਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅੱਜ ਦੇ ਪ੍ਰੋਗਰਾਮ ਵਾਸਤੇ ਇੰਨਾ ਹੀ, ਮਿਲਾਂਗੇ ਅਗਲੇ ਪ੍ਰੋਗਰਾਮ ਵਿੱਚ। ਜੋ ਸਟੂਡੈਂਟ ਨੂੰ ਕੈਨੇਡਾ ਜਾਣ ਵਾਲਿਆਂ ਨੂੰ ਜਾਂ ਕਿਸੇ ਹੋਰ ਕੰਟਰੀ ਜਾਣ ਵਾਲਿਆਂ ਨੂੰ ਜੋ ਵੀ ਕੋਈ ਡਾਊਟ ਹੈਗਾ ਆ, ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਤੇ ਸਾਡੇ ਵੀਜ਼ਾ ਐਕਸਪਰਟ ਦੀ ਸਲਾਹ ਲੈ ਸਕਦੇ ਹੋ। ਤਦ ਤੱਕ ਲਈ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।